ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਵੈਸੇ ਜਿਹੜਾ ਲੋਕਾਂ ਦੇ ਘਰੋਂ 500 ਰੁਪਈਆ ਗ੍ਰਾਹੀ ਲਾਈ ਹੋਈ ਹੈ ਨਾ, ਮੈਨੂੰ ਤਾਂ ਵੈਸੇ ਚੰਗਾ ਨਹੀਂ ਲੱਗਾ। ਜੇ ਹੁਣ ਝਾੜੂ ਵਾਲੀ ਸਰਕਾਰ ਆਈ ਹੈ ਅਤੇ ਇਹ ਚੁੱਪ ਕਰਕੇ ਸੜਕ ਜਿਹੜੀ ਤਿਆਰ ਕਰ ਰਹੇ ਨੇ, ਬੜੇ ਹੀ ਪ੍ਰੇਮ ਦੇ ਨਾਲ ਸਤਿਕਾਰ ਦੇ ਨਾਲ ਕਰ ਦੇਣੀ ਚਾਹੀਦੀ ਆ, ਠੀਕ ਆ ਜੀ। ਕਦੀ ਕਹਿੰਦੇ ਆ ਵੀ ਸਾਡੀ JCB ਦੇ ਵਿੱਚ ਤੇਲ ਠੇਕੇਦਾਰਾਂ ਦਾ ਮੈਨੂੰ ਘਾਟਾ ਪੈ ਗਿਆ। ਜੇ ਘਾਟਾ ਪੈ ਗਿਆ ਠੇਕੇਦਾਰ ਨੂੰ, ਤਾਂ ਜਿਹੜੀਆਂ ਗਰਾਂਡਾਂ ਆਈਆਂ ਨੇ ਇਹਨਾਂ ਨੇ ਕਰੋੜ ਰੁਪਈਏ, ਇਹਨਾਂ ਨੇ ਲੱਖ ਲੱਖ ਰੁਪਈਏ, ਉਹਨਾਂ ਵਿੱਚੋਂ ਰੁਪਈਆ ਲੱਖ ਠੇਕੇਦਾਰ ਨੂੰ ਵੱਧ ਦੇ ਦਿਉ ਹਾਂ। ਅਤੇ ਜੇ ਨਹੀਂ ਦਿੱਤਾ ਜਾਂਦਾ ਤਾਂ ਕਹੇ ਵਿਚਾਰੇ, ਇੱਥੋਂ ਦੇ ਵਿਚਾਰੇ ਸਰਦਾਰ ਹੀ ਅੱਜ ਵਿਚਾਰੇ ਬੜੇ ਹੀ ਬੰਦੇ ਭਲੇ ਮਾਨਸ ਬੰਦੇ ਸੀ ਜਿਹੜੇ ਵਿਚਾਰੇ ਗ੍ਰਾਹੀ ਮੰਗ ਰਹੇ ਸੀ, ਮੈਨੂੰ ਵੇਖ ਕੇ ਚੰਗਾ ਨਹੀਂ ਲੱਗਾ। ਅਤੇ ਇਸ ਕਰਕੇ ਜੇ ਝਾੜੂ ਵਾਲੀ ਸਰਕਾਰ ਕਿਸੇ ਦੀ ਸੁਣਵਾਈ ਕਰਦੀ ਹੋਏ ਨਾ, ਜੇ ਸੜਕਾਂ ਦੇ ਠੇਕੇ ਲਏ ਹੋਣ, ਠੇਕੇਦਾਰਾਂ ਨੂੰ ਪੈਸੇ ਨਾ ਪੂਰੇ ਦਿੱਤੇ ਜਾਣ, ਤਾਂ ਕੀ ਫਾਇਦਾ ਇਹੋ ਜਿਹੀ ਸਰਕਾਰ ਲਿਆਉਣ ਦਾ, ਕੀ ਇਹੋ ਜਿਹੀ MC ਬਣਦਾ। ਇਹਦੇ ਨਾਲੋਂ ਤਾਂ ਨਾ ਹੀ ਬਣੋ ਤਾਂ ਚੰਗੀ ਗੱਲ ਹੈ। ਆਪਣਾ ਮੇਰੇ ਕਹਿਣ ਦਾ ਵਿਚਾਰ ਇਹ ਆ ਵੀ ਆਪਣੇ ਸਾਰੇ ਜਾਣੇ 5-5 ਹਜ਼ਾਰ ਰੁਪਈਆ ਇਕੱਠਾ ਕਰਕੇ, ਠੀਕ ਆ ਜੀ, ਭਾਵੇਂ 5-5 ਹਜ਼ਾਰ ਭਾਵੇਂ 7-7 ਹਜ਼ਾਰ ਰੁਪਈਆ ਕਰਕੇ, ਅਤੇ ਉਹਨੂੰ ਆਪਣੇ ਹੀ ਤਰੀਕੇ ਨਾਲ ਤਿਆਰ ਕੀਤਾ ਵੇ। ਜੇ ਇਹਨਾਂ ਕੋਲੋਂ ਤੇਲ ਦੇ ਕੈਸੇ ਨਹੀਂ ਨਿਕਲਦੇ ਲੋਕਾਂ ਵਿਚਾਰੇ ਸਰਦਾਰਾਂ ਗਰੀਬ ਬੰਦੇ ਸਰਦਾਰ ਬੰਦਿਆਂ ਨੂੰ ਇਹਨਾਂ ਨੇ ਲਾਇਆ 500 ਰੁਪਈਏ ਗ੍ਰਾਹੀ ਲੈਣ ਵਾਸਤੇ, ਇਹ ਮੇਰੇ ਲਈ ਬਹੁਤ ਬੇਕਾਰ ਲੱਗਾ ਮੈਨੂੰ, ਠੀਕ ਹੈ। ਸਾਰੀ ਦਿਹਾੜੀ ਲੋਕ ਪਸੀਨੇ ਦੀ ਕਮਾਈ ਕਰਕੇ ਸਾਰੇ ਕੰਮ ਕਰ ਰਹੇ ਨੇ, ਜੇ ਇਹ ਗ੍ਰਾਹੀਆਂ ਹੀ ਲਾਉਣੀਆਂ ਤਾਂ ਮੈਂ ਸੜਕਾਂ ਵੀ ਆਪ ਹੀ ਬਣਾ ਲੈਣ। ਜੇ ਨਹੀਂ ਪਾਉਂਦੀ ਤਾਂ ਸਿਆਪਾ ਛੱਡੋ, ਲੈ ਕੇ ਬਾਬੇ ਘੁਮਨਾਥ ਦਾ ਨਾਦ ਵੇਖੀ, ਦਿਨ ਤੋਂ ਰਾਤ ਨਹੀਂ ਚੜ੍ਹਨ ਦੇ ਆ ਗਏ, ਖੜਕਾ ਆਟੋਮੈਟਿਕ ਹੀ ਬਣ ਜਾਣਗੀਆਂ।